ਅੱਜ ਮਕਸੂਦਾਂ ਇਲਾਕੇ ਦੇ ਵਿੱਚ ਵਿਵੇਕਾਨੰਦ ਪਾਰਕ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਤੇ ਸ਼ਰਮਨਾਕ ਜਿਹੜੀ ਘਟਨਾ ਹੋਈ ਆ। ਅਸੀਂ ਜਦੋਂ ਇੱਥੇ ਪਹੁੰਚੇ ਸਾਨੂੰ ਪਤਾ ਲੱਗਿਆ ਤਾਂ ਇੱਥੇ ਲੜਕੀ ਜਿਹੜੀ ਆ ਇੱਥੇ ਅੱਧ ਬੇਹੋਸ਼ੀ ਦੇ ਹਾਲਤ ਦੇ ਵਿੱਚ ਪਈ ਸੀ ਤੇ ਜਦੋਂ ਪੁੱਛਿਆ ਗਿਆ ਤੇ ਉਹਨੇ ਦੱਸਿਆ ਕਿ ਦੋ ਲੜਕੇ ਇੱਥੇ ਆਏ ਆ ਘਰ ਦੇ ਵਿੱਚ, ਉਹਦੇ ਪਿਤਾ ਜੀ ਦਾ ਚੰਦਰ ਮੋਹਨ ਦਾ ਪਤਾ ਸੁਰਿੰਦਰ ਮੋਹਨ ਦਾ ਪਤਾ ਲਿਆ ਕਿ ਕਿੱਥੇ ਆ ਉਹ, ਤਾਂ ਉਸ ਤੋਂ ਬਾਅਦ ਉਹਦੇ ਸਿਰ ਦੇ ਵਿੱਚ ਸੱਟ ਮਾਰ ਕੇ ਤੇ ਇਹਨਾਂ ਦੇ ਕੱਪੜੇ ਲੱਤੇ ਜਿਹੜੇ ਆ ਉਹ ਫਰੋਲਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਲੜਕੀ ਦੱਸਿਆ ਕਿ ਇਹ ਜਿਹੜੇ ਦੋ ਜਿਹੜੇ ਮੁੰਡੇ ਲੜਕੇ ਸੀਗੇ ਉਹਨਾਂ ਨੇ ਰੇਪ ਵੀ ਕੀਤਾ ਇਸ ਲੜਕੀ ਦੇ ਨਾਲ। ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਹੋਈ ਆ, ਇਸ ਦੋ ਲੜਕਿਆਂ ਨੇ ਇਸ ਲੜਕੀ ਦੇ ਨਾਲ ਜੋ 14 ਸਾਲ ਦੀ ਲੜਕੀ ਸੀ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀਗੀ, ਬਹੁਤ ਹੀ ਮੰਦਭਾਗੀ ਘਟਨਾ ਹੋਈ ਆ। ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ ਕੋਈ ਮਨਾਲੀ ਦੇ ਵਿੱਚ ਆਪਣੇ ਦਿਨ ਮਨਾ ਰਹੀ ਆ ਅਤੇ ਕੋਈ ਕਿਤੇ ਤੁਰਿਆ ਫਿਰਦਾ ਆ, ਆਪਣੇ ਇਲਾਕੇ ਛੱਡੇ ਹੋਏ ਆ। ਔਰ ਜਿਹੜੀਆਂ ਲੁੱਟਾਂ ਖੋਹਾਂ ਅਤੇ ਇੱਦਾਂ ਦੀਆਂ ਰੇਪ ਦੀਆਂ ਵਾਰਦਾਤਾਂ ਉਹ ਇੰਨੀਆਂ ਜ਼ਿਆਦਾ ਵੱਧ ਰਹੀਆਂ ਹਨ ਕਿ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ, ਕਿ ਸਰਕਾਰ ਵੀ ਧਿਆਨ ਦੇਵੇ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਦਿਨੇ ਦਿਨ ਦਿਹਾੜੇ ਦਿਨ ਦੇ 4:30 ਵਜੇ ਇਹ ਜਿਹੜੀ ਐਡੀ ਵੱਡੀ ਘਟਨਾ ਹੋਈ ਆ ਔਰ ਮੇਨ ਰੋਡ ਦੇ ਉੱਤੇ ਘਰ ਆ ਵਿਵੇਕਾਨੰਦ ਪਾਰਕ ਦੇ ਵਿੱਚ, ਬਹੁਤ ਹੀ ਸ਼ਰਮਨਾਕ ਇਹ ਘਟਨਾ ਹੋਈ ਆ ਔਰ ਬੜਾ ਮੰਦਭਾਗਾ ਸਮਾਂ ਆ। ਔਰ ਸਾਡੇ ਇਸ ਇਲਾਕੇ ਦੇ ਲੋਕਾਂ ਨੇ ਬੜਾ ਹੀ ਇਸ ਚੀਜ਼ ਦਾ ਦੁੱਖ ਜ਼ਾਹਰ ਕੀਤਾ ਆ ਔਰ ਲੋਕ ਬੜੇ ਸਹਿਮੇ ਹੋਏ ਆ ਕਿ ਸਾਡੇ ਇਸ ਇਲਾਕੇ ਦੇ ਵਿੱਚ ਇਹੋ ਜਿਹੇ ਲੋਕ ਜਿਹੜੇ ਆ ਗੁੰਡਾਗਰਦੀ ਕਰ ਰਹੇ ਆ। ਔਰ ਪਹਿਲਾਂ ਵੀ ਬਹੁਤ ਵਾਰਦਾਤਾਂ ਹੋ ਚੁੱਕੀਆਂ ਇਸ ਇਲਾਕੇ ਦੇ ਵਿੱਚ, ਪਰ ਪੁਲਿਸ ਨੂੰ ਵੀ ਧਿਆਨ ਦੇਣ ਦੀ ਲੋੜ ਆ, ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ। ਇੰਨੀ ਖੁੱਲ੍ਹੀ ਛੁੱਟੀ ਜਿਹੜੀ ਆ ਦੇਣ ਜਿਹੜੀ ਸਰਕਾਰ ਨੇ ਦਿੱਤੀ ਹੋਈ ਆ, ਸਰਕਾਰ ਜਿਹੜੀ ਆ ਆਪਣੇ ਇਲਾਕੇ ਵਾਲਾ ਧਿਆਨ ਦੇਵੇ, ਨਾ ਕਿ ਬਾਹਰਲੀਆਂ ਜਿਹੜੀਆਂ ਮੌਜ ਮਸਤੀਆਂ ਆ ਉਹ ਤੋਂ ਬਾਹਰ ਹੋਵੇ। ਮੈਂ ਬੇਨਤੀ ਕਰਦਾ ਹਾਂ ਅਤੇ ਇਸ ਜਿਹੜੀ ਸ਼ਰਮਨਾਕ ਘਟਨਾ ਹੋਈ ਹੈ ਅਤੇ ਦੁੱਖ ਪ੍ਰਗਟ ਕਰਦਾ ਹਾਂ। ਤਕਰੀਬ 3:30-4 ਵਜੇ ਦੀ ਗੱਲ ਹੈ, ਕੋਈ ਡਿਵੀਜ਼ਨ ਨੰਬਰ 1 ਦੇ ਵਿੱਚ ਨੰਦਨਪੁਰ ਏਰੀਆ ਵਾ, ਉੱਥੇ ਕੋਈ ਇੱਕ ਨਾਬਾਲਗ ਲੜਕੀ ਦੇ ਨਾਲ ਕੋਈ ਦੋ ਬੰਦੇ ਆਏ ਆ, ਆ ਕੇ ਉਹਨਾਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ, ਪਲੱਸ ਜਾਣ ਲੱਗੀ ਉਹਦੇ ਸਿਰ ਦੇ ਵਿੱਚ ਸੱਟ ਮਾਰ ਕੇ ਅਤੇ ਕੁਛ ਜਿਹੜਾ ਸਮਾਨ ਜਿਹੜਾ ਉਹ ਨਾਲ ਚੋਰੀ ਕਰਕੇ ਲੈ ਗਏ। ਸੋ ਅਸੀਂ ਇਸ ਮਾਮਲੇ ਦੇ ਵਿੱਚ ਹੁਣ ਉਹਦੇ ਲੜਕੀ ਦੇ ਫਾਦਰ ਦੇ ਬਿਆਨ 'ਤੇ FIR ਦਰਜ ਕਰਕੇ ਅਤੇ ਇਹਦੀ ਜਿਹੜੀ ਅੱਗੇ ਤਫਤੀਸ਼ ਕਰ ਰਹੇ ਹਾਂ। ਸਰ ਇਹ ਜਿਹੜਾ ਘਟਨਾ ਹੋਈ ਹੈ ਇਹਨਾਂ ਦਾ ਕਿੰਨੇ ਕੁ ਵਜੇ ਹੋਈ ਆ ਔਰ ਇਸ ਨੂੰ ਆਪਾਂ ਕਿਸ ਤਰ੍ਹਾਂ ਦੇ ਨਜ਼ਰੀਏ ਨਾਲ ਦੇਖ ਰਹੇ ਹਾਂ? ਦੇਖੋ ਇਹ ਕਰੀਬ 3:30-4 ਵਜੇ ਦੀ ਗੱਲ ਹੈ। ਉਹ ਲੜਕੀ ਦੇ ਪੇਰੈਂਟਸ ਨੂੰ ਕਿਸੇ ਨੇ ਜਦੋਂ ਉਹ ਡਿਊਟੀ ਆਫ ਕਰਕੇ ਘਰ ਆਇਆ ਉਦੋਂ ਉਹਨੂੰ ਫੋਨ ਕੀਤਾ, ਉਹਦੇ ਬ੍ਰਦਰ ਨੇ ਵੀ ਇੱਦਾਂ ਕਰਕੇ ਗੱਲ ਹੋ ਗਈ। ਫਿਰ ਉੱਥੋਂ ਪਤਾ ਲੱਗਾ 4:30 ਵਜੇ ਆਉਂਦੇ ਵੀ ਲੜਕੀ ਦੇ ਐਵੇਂ ਕਰਕੇ ਸੱਟ ਲੱਗੀ ਹੈ, ਲੜਕੀ ਬੋਲਦੀ ਨਹੀਂ। ਜਦੋਂ ਉਹ ਹੋਸਪਿਟਲ ਲੈ ਕੇ ਆਏ ਫਿਰ ਇੱਥੇ ਉਹਨੂੰ ਥੋੜ੍ਹਾ ਦੱਸਿਆ ਵੀ ਮੇਰੇ ਨਾਲ ਇਹ ਵਾਲੀ ਗੱਲ ਹੋਈ। ਮੈਡੀਕਲ ਵਿੱਚ ਵੀ ਪੁਸ਼ਟੀ ਹੋ ਸਕੀ ਹੈ? ਮੈਡੀਕਲ ਡਾਕਟਰ ਕਰ ਰਹੇ ਆ, ਉਹ ਬਾਅਦ ਦੇ ਵਿੱਚ ਜਿਹੜੀ ਉਹ ਸਾਡੀ ਪਤਾ ਲੱਗ ਜਾਏ। ਅਤੇ ਲੜਕੀ ਦਾ ਬ੍ਰਦਰ ਸਭ ਤੋਂ ਪਹਿਲਾਂ ਆਇਆ ਵਾ ਘਰ? ਹਾਂਜੀ, ਲੜਕੀ ਦਾ ਬ੍ਰਦਰ ਆਇਆ ਸੀ ਪਹਿਲਾਂ? ਨਹੀਂ, ਲੜਕੀ ਦਾ ਬ੍ਰਦਰ ਵੀ ਜੋਬ ਕਰਦਾ ਨਾ, ਉਹ 4:30 ਵਜੇ ਆਇਆ ਸੀ ਘਰ। ਉਸ ਟਾਈਮ ਘਰ ਕੋਈ ਨਹੀਂ ਸੀ? ਉਸ ਟਾਈਮ ਘਰ ਕੋਈ ਨਹੀਂ, ਇਕੱਲੀ ਲੜਕੀ ਸੀ।